ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਆਪਾਂ ਫਿਰ ਇੱਕ ਵਾਰ ਪੰਨੂ ਸਾਹਿਬ ਕੋਲੋਂ ਜਾਣਾਂਗੇ ਕੀ ਕੁਛ ਵਾਪਰ ਰਿਹਾ ਜੀ ਦੇਸ਼ ਦੁਨੀਆ ਦੇ ਵਿੱਚ ਅਤੇ ਖਾਸ ਕਰਕੇ ਅੱਜ ਮੁਲਕ ਦੀ ਰਾਜਨੀਤੀ ਉੱਪਰ ਗੱਲ ਹੋਏਗੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਸਵਾਗਤ ਜੀ ਤੁਹਾਡਾ ਜੀ। ਪੰਨੂ ਸਾਹਿਬ, ਅੱਜ ਦਾ ਸਭ ਤੋਂ ਪਹਿਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵੈਸੇ ਤਾਂ ਕੋਈ ਨਾ ਕੋਈ ਰੇੜਕਾ ਪਿਆ ਹੀ ਰਹਿੰਦਾ, ਪਰ ਹੁਣ ਇੱਕ ਨਵਾਂ ਰੇੜਕਾ ਸਾਹਮਣੇ ਆ ਰਿਹਾ। ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਇੱਕ ਨੋਟਿਸ ਭੇਜ ਦਿੱਤਾ ਆਮ ਆਦਮੀ ਪਾਰਟੀ ਨੂੰ ਕਿ ਜਿਹੜੇ ਤੁਹਾਨੂੰ ਫੰਡ ਆਉਂਦੇ ਆਉਂਦੇ ਆ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਰਲ ਰਿਹਾ, ਅਤੇ ਜੇ ਹਿਸਾਬ ਕਿਤਾਬ ਤੁਹਾਡਾ ਨਾਂ ਰਲਿਆ ਤਾਂ ਫਿਰ ਜਿਹੜਾ ਝਾੜੂ ਨਾਲ ਤੁਹਾਡਾ ਸਾਥ ਹੈ ਉਹ ਇਲੈਕਸ਼ਨ ਕਮਿਸ਼ਨ ਤੋੜ ਸਕਦਾ। ਇਹ ਕੀ ਚੱਕਰ ਹੈ ਜੀ? ਗੱਲ ਇਹ ਹੈ ਕਿ ਇਹਦੇ 'ਚ ਕੁਝ ਨਾ ਕੁਝ 19-21 ਕਸੂਰ ਤਾਂ ਆਮ ਆਦਮੀ ਪਾਰਟੀ ਦਾ ਵੀ ਨਿਕਲਦਾ ਜੀ, ਪਰ ਕੁਝ ਇਹਦੇ 'ਚੋਂ ਇਹ ਵੀ ਸਾਫ ਦਿਸਦਾ ਕਿ ਇੱਕ ਖਾਸ ਪਾਰਟੀ ਦੀ ਘੇਰਾਬੰਦੀ ਕਰਨ ਦਾ ਉੱਚੇਚਾ ਯਤਨ ਕੀਤਾ ਜਾ ਰਿਹਾ। ਉਹਦਾ ਕਾਰਨ ਕੀ ਹੈ ਜੀ? ਅੰਨਾ ਹਜ਼ਾਰੇ ਨੇ ਲਹਿਰ ਚਲਾਈ ਭ੍ਰਿਸ਼ਟਾਚਾਰ ਦੇ ਖਿਲਾਫ਼ ਅਤੇ ਆਖਿਆ ਹਰ ਗੱਲ ਦੀ ਪਾਰਦਰਸ਼ਤਾ ਚਾਹੀਦੀ ਹੈ। ਇਹ ਬੰਦੇ ਸਾਰੇ ਉਹਦੇ ਨਾਲ ਸਨ ਜੀ, ਅਤੇ ਉਦੋਂ ਇਹ ਸਟੇਜਾਂ ਤੋਂ ਲੰਮੀਆਂ ਬਾਹਾਂ ਕਰ ਕਰਕੇ ਕਹਿੰਦੇ ਰਹੇ ਕਿ 5 ਰੁਪਈਏ ਵੀ ਆਉਣ ਅਤੇ ਔਨਲਾਈਨ ਸਾਡੀ ਵੈਬਸਾਈਟ 'ਤੇ ਹੋਣਗੇ, ਉਸ ਤੋਂ ਬਗੈਰ ਕੋਈ ਪੈਸਾ ਨਹੀਂ ਲਵਾਂਗੇ, ਅਸੀਂ ਸਾਰਾ ਕੁਝ ਹਿਸਾਬ ਰੱਖਾਂਗੇ, ਹਰ ਪਾਰਟੀ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਆਪਣਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ, ਬੇਗਾਨਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ। ਜਿਹੜੀਆਂ ਗੱਲਾਂ ਉਸ ਵਕਤ ਕਹੀਆਂ ਨੇ ਉਹ ਸਾਰੀਆਂ ਰਿਕਾਰਡ 'ਤੇ ਆ, ਪੁੱਜ ਤਾਂ ਨਹੀਂ ਜਾਣੀਆਂ ਜੀ, ਨਾ ਤਾਂ ਅਖਬਾਰਾਂ ਦੇ ਸਫ਼ਿਆਂ ਤੋਂ ਬੁੱਝਣੀਆਂ ਅਤੇ ਨਾ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ ਉੱਥੋਂ ਬੁੱਝਣੀਆਂ। ਫਿਰ ਇਹਨਾਂ ਨੇ ਬਣਾ ਲਈ ਇੱਕ ਪਾਰਟੀ, ਪਾਰਟੀ ਬਣਾਉਣ ਲੱਗਿਆਂ ਫਿਰ ਇਹਨਾਂ ਨੇ ਇਹੋ ਦਾਅਵਾ ਕੀਤਾ ਕਿ ਅਸੀਂ ਹਰ ਚੀਜ਼ ਜਿਹੜੀ ਆ ਨਾਲ ਦੀ ਨਾਲ 5 ਰੁਪਈਏ ਵੀ ਆਏ ਅਤੇ ਰਿਕਾਰਡ ਦੇ ਉੱਤੇ ਵੀ ਚੜਨਗੇ ਅਤੇ ਵੈਬਸਾਈਟ ਦੇ ਉੱਤੇ ਵੀ ਲੋਕ ਵੇਖ ਸਕਣਗੇ, ਓਪਨ ਹੋਵੇਗਾ ਸਾਰਾ ਕੁਛ। ਇਹ ਕਹਿਣਾ ਸੌਖਾ ਹੁੰਦਾ, ਅਮਲ ਵਿੱਚ ਹਰ ਗੱਲ ਕਾਨੂੰਨ ਮੁਤਾਬਕ ਨਹੀਂ ਚੱਲਦੀ, ਕੁਝ ਨਾ ਕੁਝ 19-21 ਚੱਲਦੀ ਆ ਜੀ। ਤੁਸੀਂ ਇੱਥੋਂ ਦੀਆਂ ਗੱਲਾਂ ਕਰਦੇ ਹੋ, ਅਮਰੀਕਾ ਵਗੈਰਾ ਵਰਗਾ ਦੇਸ਼ ਜਿਹੜੇ ਨੇ, ਇੰਗਲੈਂਡ ਵਰਗੇ ਦੇਸ਼ ਨੇ, ਉਹਨਾਂ ਦੇ ਵਿੱਚ ਵੀ ਕੁਝ ਚੰਦੇ ਜਿਹੜੇ ਆ ਕੁਝ ਫੰਡ ਜ਼ਾਰਾ ਹੁੰਦੇ ਆ, ਕੁਝ ਲੁਕਵੇਂ ਤੌਰ 'ਤੇ ਆਉਂਦੇ ਆ। ਇੱਥੇ ਵੀ ਕਈ ਲੋਕ ਇਹੋ ਜਿਹੇ ਆ ਜਿਹੜੇ ਇਹਨਾਂ ਦੀ ਮਦਦ ਵੀ ਕਰਨਾ ਚਾਹੁੰਦੇ ਆ ਅਤੇ ਇਸ ਗੱਲ ਤੋਂ ਵੀ ਡਰਦੇ ਆ ਕਿ ਕਾਂਗਰਸੀਆਂ ਨੂੰ, BJP ਨੂੰ, ਅਕਾਲੀਆਂ ਨੂੰ ਪਤਾ ਲੱਗ ਗਿਆ ਅਤੇ ਸਾਡੇ ਗਿੱਟੇ ਨਾਲ ਸੇਕ ਦਿੰਦੇ ਹੋਣ, ਇਸ ਕਰਕੇ ਲੁਕਵੀਂ ਮਦਦ ਕਰਨੀ ਚਾਹੁੰਦੇ ਜੀ। ਹੁਣ ਲੁਕਵੀਂ ਮਦਦ ਵਾਲੇ ਜਿਹੜੇ ਬੰਦੇ ਇਹਨਾਂ ਦੇ ਭਾਈਬੰਦ ਨੇ, ਉਹ ਜਿਹੜਾ ਪੈਸਾ ਦੇਣਗੇ ਉਹਦਾ ਕਿੱਦਾਂ ਕਰਨਾ? ਪਹਿਲਾ ਕਾਨੂੰਨ ਇਹ ਸੀ ਕਿ 20,000 ਰੁਪਈਏ ਤੱਕ ਜਿਹੜੇ ਪੈਸੇ ਆ ਉਹਨਾਂ ਦਾ ਇਹ ਦੱਸਣ ਦੀ ਲੋੜ ਨਹੀਂ ਕਿ ਕਿੱਥੋਂ ਆਏ ਆ, ਉਹਦੀ ਰਸੀਦ ਕੱਟ ਦਿਓ, ਰਾਮਜੀ ਦਾਸ ਦੇ ਗਿਆ, ਗੋਵਰਧਨ ਸਿੰਘ ਦੇ ਗਿਆ, ਕਿਰਪਾਲ ਸੋ ਦੇ ਗਿਆ, ਜਾਂ ਕੋਈ ਵੀ ਨਾਂ ਲਿਖ ਦਿਓ ਜੀ, ਅਤੇ ਚੱਲ ਜਾਂਦਾ ਸੀ। ਅਤੇ ਇਹਦੇ ਤੋਂ ਉੱਪਰਲੇ ਜਿਹੜੇ ਆ ਬਾਈ ਚੈੱਕ ਲਓ। ਜਦੋਂ ਬੀਬੀ ਮਾਇਆਵਤੀ ਤੋਂ ਪੁੱਛਿਆ ਗਿਆ ਕਿ ਤੇਰੇ ਕੋਲ ਇਹ 3 ਕਰੋੜ ਰੁਪਈਏ ਦੇ ਹਾਰ ਤੂੰ ਆਪਣੇ ਗੱਲ 'ਚ ਪਵਾ ਲਏ ਕਿੱਥੋਂ ਆਏ, ਅਤੇ ਅਗਲੇ ਨੇ ਪੁੱਛਿਆ ਗਿਆ ਕਿ 4 ਕਰੋੜ ਦੇ ਹੋਰ ਪਵਾ ਲਏ, ਇਹ 7 ਕਰੋੜ ਕਿੱਥੋਂ ਆਇਆ? ਕਹਿੰਦੀ ਮੇਰੇ ਵਰਕਰਾਂ ਨੇ ਇਕੱਠਾ ਕੀਤਾ। ਪੁੱਛਿਆ ਕਿਹੜੇ ਵਰਕਰਾਂ ਨੇ? ਉਹਨੇ ਕਾਪੀਆਂ ਪੇਸ਼ ਕਰਤੀਆਂ ਜੀ। ਕਾਨਪੁਰ ਦੇ ਬੱਸ ਅੱਡੇ ਦੇ ਉੱਤੇ ਇੱਕ ਬੰਦਾ ਬੈਠਾ, ਲੋਕਾਂ ਦੀਆਂ ਜੁੱਤੀਆਂ ਵਿਚਾਰਾ ਉਹ ਪਾਲਿਸ਼ ਕਰਦਾ, ਦਰੀ ਦੇ ਬੋਰੀ 'ਤੇ ਸੁਰੇ ਆ ਕੇ ਬੈਠ ਜਾਂਦਾ, ਦਰੀ ਵੀ ਨਹੀਂ, ਬੋਰੀ ਉਹਦੇ ਕੋਲ ਸ਼ਾਮ ਨੂੰ ਚੁੱਕ ਕੇ ਲੈ ਜਾਂਦਾ ਜੀ। ਉਹਦੇ ਨਾਂ ਦੇ ਉੱਤੇ ਇੱਕ ਕਾਪੀ ਲਿਖੀ ਆ, ਕਹਿੰਦੇ ਜੀ ਉਹਦੇ ਕੋਲ ਜਿਹੜਾ ਆਉਂਦਾ ਸੀ, ਕਿਸੇ ਤੋਂ 5,000 ਲੈ ਜਾਂਦਾ, ਕਿਸੇ ਤੋਂ 10,000 ਰੁਪਇਆ ਲੈ ਜਾਂਦਾ ਸੀ, 1 ਕਰੋੜ ਰੁਪਇਆ ਤਾਂ ਉਹਨੇ ਇਕੱਠਾ ਕਰਕੇ ਦੇ ਦਿੱਤਾ। ਅੱਛਾ, ਜਿਹਦੇ ਕੋਲ ਰਹਿਣ ਨੂੰ ਝੁੱਗੀ ਵੀ ਨਹੀਂ, ਘਰ ਨਹੀਂ, ਉਹਨੇ ਇਕੱਠਾ ਕਰਕੇ ਦੇ ਦਿੱਤਾ। ਉਹ ਕਹਿੰਦੇ ਤੁਸੀਂ ਕਹਿੰਦੇ ਆ ਕਿ ਕਾਪੀਆਂ ਚਾਹੀਦੀਆਂ, ਕੋਈ ਰਿਕਾਰਡ ਹੈਗਾ, ਰਿਕਾਰਡ ਮੇਰੇ ਕੋਲ ਆ, ਉਹ ਬੰਦੇ ਪੈਸੇ ਦੇ ਗਏ, ਉਹਨਾਂ ਦੇ ਘਰ ਘੁਰ ਦੱਸਣ ਨਹੀਂ ਪਤਾ ਕਿੱਥੋਂ ਆਏ ਸੀ ਬੰਦੇ, ਔਰ ਸਿੱਧਾ ਕੱਟੀਆਂ ਵੇਖੋ ਸਾਰੀਆਂ ਸਭ ਤੋਂ ਗਈਆਂ। ਜਦੋਂ ਇਹਨਾਂ ਦੇ ਵਿੱਚ ਇਹੋ ਕੰਮ ਚੱਲਣ ਲੱਗਾ ਅਤੇ ਇਹਨਾਂ ਦੇ ਆਪਣੇ ਬੰਦਿਆਂ ਨੇ ਪੁੱਛਣਾ ਸ਼ੁਰੂ ਕਰਤਾ ਪੈਸੇ ਕਿੱਥੋਂ ਆਏ, ਕੌਣ ਦੇਗਾ, ਕੀ ਹੋਇਆ? ਉਸ ਦੌਰ 'ਚ ਆਮ ਆਦਮੀ ਪਾਰਟੀ ਉਲਝਦੀ ਗਈ, ਡੀਗਾਂ ਮਾਰੀਆਂ ਸੀ ਬਹੁਤ ਵੱਡੀਆਂ, ਪਰ ਉਸ ਮਿਆਰ 'ਤੇ ਪੂਰੇ ਉੱਤਰ ਸਕਣਾ ਔਖਾ ਸੀ ਜੀ। ਕੁਝ ਬੰਦੇ ਇਹੋ ਜਿਹੇ ਸੀ ਜਿਹੜੇ BJP ਦੇ, ਕਾਂਗਰਸ ਦੇ ਸੀਗੇ, ਉਹਨਾਂ ਨੇ ਜਾਣ ਬੁੱਝ ਕੇ ਹੌਲੀ ਜਿਹੀ ਆ ਕੇ ਕੰਨ 'ਚ ਆਖਿਆ, ਕੇਜਰੀਵਾਲ ਸਾਹਿਬ ਇੰਨੇ ਕੁ ਪੈਸੇ ਆ, ਪੈਸੇ ਅਸੀਂ ਦੇ ਦਿੰਦੇ ਹਾਂ, ਇਹਨੂੰ ਕਿਸੇ ਨਾ ਕਿਸੇ ਤਰੀਕੇ ਤੁਸੀਂ ਐਡਜਸਟ ਕਰ ਲਿਓ। ਕੇਜਰੀਵਾਲ ਦੇ ਆਖਿਆ ਜਾਂ ਕਿਸੇ ਹੋਰ ਦੇ ਆਖਿਆ, ਪੈਸੇ ਦੇ ਕੇ ਐਡਜਸਟ ਕਰ ਲਿਓ ਅਤੇ ਨਾ ਕਰ ਲੈ ਜੀ। ਹੁਣ ਇਹ ਵੀ ਚੱਕਰ ਚੱਲਦਾ ਪਿਆ, ਕਹਿੰਦੇ ਜੀ ਕੁਝ ਪੈਸੇ ਹਵਾਲੇ ਦੇ ਰਾਹੀਂ ਆਏ ਆ, ਵਿਦੇਸ਼ ਵਿੱਚ ਬੈਠੇ ਕਿਸੇ ਬੰਦੇ ਨੇ, ਉੱਥੋਂ ਤਾਂ ਆਮ ਹੀ ਆ, ਘਰਦਿਆਂ ਨੂੰ ਹਵਾਲੇ ਦੇ ਰਾਹੀਂ ਘੱਲਦੇ ਆ, ਕਿਸੇ ਨੇ ਘੱਲ ਦਿੱਤੇ, ਉਹ ਆ ਗਏ, ਜਾਂ ਤਾਂ ਪੈਸਿਆਂ ਨੂੰ ਨਾ ਕਰ ਦਿੰਦੇ। ਉਹ ਹੁਣ ਉਹ ਸਾਰਾ ਚੱਕਰ ਇਹਨਾਂ ਦੇ ਪਾਤ ਆ ਗਿਆ। ਇਹਨਾਂ ਨੇ ਇੱਕ ਰਿਪੋਰਟ ਦਿੱਤੀ ਕਿ ਸਾਡੇ ਕੋਲ 9 ਕਰੋੜ ਰੁਪਈਏ ਹੋਏ ਆ, ਅਤੇ ਜਦੋਂ ਦੂਸਰੀ ਸੋਧ ਕੇ ਦਿੱਤੀ
ਅਤੇ ਗਿਣਤੀ ਦਾ ਵੀ ਫਰਕ ਪੈ ਗਿਆ ਅਤੇ ਦੇਣ ਵਾਲਿਆਂ ਦੇ ਨਾਵਾਂ ਦਾ ਵੀ ਫਰਕ ਪੈ ਗਿਆ। ਵੀ ਸੋਧ ਕੇ ਰਿਪੋਰਟ ਕਰੀ ਦੀ ਇਸ ਕਰਕੇ ਪੇਸ਼ ਆ ਕਿ ਪਹਿਲੀ ਰਿਪੋਰਟ ਜੇ ਵਾਧਾ ਘਾਟਾ ਹੋ ਗਿਆ ਤਾਂ ਦੂਜੀ 'ਚ ਸੁਧਾਰ ਦਿਓ। ਇਹ ਕਹਿੰਦੇ ਪਹਿਲੀ ਨਾਲ ਦੂਸਰੀ ਮਿਲਦੀ ਨਹੀਂ, ਅਤੇ ਸੋਧ ਕੇ ਦੇਣ ਦਾ ਮਤਲਬ ਇਹ ਹੁੰਦਾ ਕਿ ਉਹ 'ਚ ਗਲਤੀਆਂ ਸੀ, ਇਹ 'ਚ ਸੋਧ ਦਿੱਤੀ ਹੋਰ ਕੀ ਕਹਿੰਦੇ ਹੋ ਜੀ। ਜਿਹੜੀ ਬੀਜੇਪੀ ਨੂੰ 400 ਕਰੋੜ ਰੁਪਈਆ ਇੱਕੋ ਕੰਪਨੀ ਦੇ ਦਿੰਦੀ ਆ, ਉਹ ਕੰਪਨੀ ਕਾਂਗਰਸ ਨੂੰ 350 ਕਰੋੜ ਦੇ ਦਿੰਦੀ ਆ, ਸੁਪਰੀਮ ਕੋਰਟ ਤੱਕ ਕੇਸ ਚੱਲਦਾ, ਉਹਦੇ 'ਚ ਕੋਈ ਗਲਤੀ ਨਹੀਂ। ਪਰ ਆਮ ਆਦਮੀ ਪਾਰਟੀ ਕੋਲ ਥੋੜ੍ਹੇ ਜਿਹੇ ਪੈਸੇ 5-7 ਕਰੋੜ 2-4 ਕਰੋੜ ਵਾਧਾ ਘਾਟਾ 19-21 ਜਿਹੜੀ ਹੈ ਨਾ, ਇੱਕ ਉਰਦੂ ਦਾ ਮੁਹਾਵਰਾ, ਹਮ ਆਹ ਵੀ ਵਰਤੇ ਤੋ ਹੋ ਜਾਤੇ ਬਦਨਾਮ ਵੋ ਕਤਲ ਵੀ ਕਰਤੇ ਤੋ ਚਰਚਾ ਨਹੀਂ ਹੋਤਾ। ਇਹ ਇਹ 2-4 ਲੱਖ 10 ਲੱਖ ਕਰੋੜ ਰੁਪਏ ਦਾ ਵਾਧਾ ਘਾਟਾ ਵੀ ਕਰਨ ਜੀ ਅਤੇ ਰੌਲਾ ਪੈ ਜਾਂਦਾ, ਉਹ 300-400 ਕਰੋੜ ਦਾ ਵੀ ਇੱਧਰ ਉੱਧਰ ਕਰ ਜਾਣ ਅਤੇ ਪਰਚਾ ਨਹੀਂ ਹੁੰਦਾ। ਇੱਥੇ ਕਹਾਣੀ ਖੜੀ ਆ, ਉਹ ਰਲ ਮਿਲ ਕੇ ਉਹ ਸਾਰੇ ਜਾਣੇ ਜੀ ਇਹਦੇ ਮਗਰ ਪਏ ਆ, ਉੱਦਾਂ ਇਹਦੇ 'ਚ ਐਡਾ ਵੱਡਾ ਕੋਈ ਕਾਲਾ ਮਾਲਾ ਨਹੀਂ ਹੋਇਆ। ਉਹ ਚਾਹੁੰਦੇ ਆ ਕਿ ਕਿਸੇ ਤਰੀਕੇ ਨੂੰ ਨੁਕਰੇ ਲਾਇਆ ਜਾਵੇ, ਜੇ ਚੋਣ ਨਿਸ਼ਾਨ ਖੋਇਆ ਨਾ ਜਾਵੇ ਅਤੇ ਇੰਨਾ ਕੁ ਮਰੋੜ ਦਿੱਤਾ ਜਾਵੇ ਕਿ ਅਗਲੀ ਵਾਰੀ ਹੁੰਝਾ ਫਿਰਨ ਜੋਗਾ ਨਾ ਰਹੇ। ਬਿਲਕੁਲ ਸਹੀ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਇਸ ਮਸਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਲੋ ਇਹ ਤਾਂ ਹੁਣ ਕੇਜਰੀਵਾਲ ਸਾਹਿਬ ਦੇਖਣ, ਉਹਨਾਂ ਦੀ ਪਾਰਟੀ ਦੇਖੇ, ਪਰ ਇੱਕ ਹੋਰ ਮਸਲਾ ਜਿਹੜਾ ਆਮ ਲੋਕਾਂ ਨਾਲ ਜੁੜਿਆ ਹੋਇਆ ਆਪਣਾ ਸਭ ਉਹ ਪੁੱਛਣਾ ਚਾਹੁੰਦਾ। ਪਹਿਲਾਂ ਵੀ ਖਬਰਾਂ ਆਈਆਂ ਸੀ ਕਿ ਆਧਾਰ ਕਾਰਡ ਦਾ ਜਿਹੜਾ ਡਾਟਾ ਹੈ ਜੀ ਚੋਰੀ ਹੋ ਗਿਆ। ਮੇਰਾ ਖਿਆਲ ਇੱਕ ਬੜੇ ਵੱਡੇ ਅਫਸਰ ਸਾਹਿਬਾਨ ਨੇ ਵੀ ਦਾਅਵਾ ਕੀਤਾ ਸੀ ਚੋਰੀ ਨਹੀਂ ਹੋ ਸਕਦਾ, ਅਗਲਿਆਂ ਨੇ ਸਾਰੀ ਡਿਟੇਲ ਕੱਢ ਕੇ ਸਾਹਮਣੇ ਰੱਖਤੀ ਸੀ। ਹੁਣ ਇੱਕ ਇਹ ਵੀ ਖਬਰ ਆ ਰਹੀ ਹੈ ਕਿ ਸ਼ਾਇਦ ਫੌਜ ਦੇ ਨਾਲ ਜੁੜੇ ਹੋਏ ਜਿਹੜੇ ਕੋਈ ਅਫਸਰ ਅਤੇ ਕਹਿ ਲਓ ਜੋ ਜਵਾਨ ਨੇ, ਉਹਨਾਂ ਦਾ ਡਾਟਾ ਚੋਰੀ ਹੋਇਆ ਜਾਂ ਲੀਕ ਹੋਇਆ, ਉਹ ਕੀ ਚੀਜ਼ ਆ ਜੀ? ਦੇਖੋ ਅੱਜ ਦੇ ਯੁੱਗ ਦੇ ਵਿੱਚ ਜੇ ਇਹੋ ਜਿਹੀ ਕੋਈ ਖਬਰ ਆਉਂਦੀ ਆ ਤਾਂ ਹਰ ਖਬਰ ਸੱਚੀ ਆ, ਕਿਉਂਕਿ ਜਿਹੜੇ ਚੋਰ ਨੇ ਸਨ ਲਾਉਣ ਵਾਲੇ ਨੇ ਉਹ ਦੂਸਰਿਆਂ ਤੋਂ ਵੱਧ ਤੇਜ਼ ਨੇ। ਇਹ ਅਜੇ ਤਾਂ ਮਹੀਨਾ ਇੱਕ ਹੋਇਆ, ਸਾਡੇ ਭਾਰਤ ਸਰਕਾਰ ਦੇ ਟੈਲੀਕਾਮ ਅਥਾਰਟੀ ਨਾਲ ਇੱਕ ਜੁੜੇ ਹੋਏ ਬਹੁਤ ਵੱਡੇ ਅਫਸਰ ਨੇ ਜੀ, ਜਿਹੜਾ ਆਧਾਰ ਕਾਰਡ ਅਥਾਰਟੀ ਨਾਲ ਵੀ ਜੁੜਿਆ ਸੀ, ਉਹਨੇ ਹਿੱਕ ਠੋਕ ਕੇ ਦਾਅਵਾ ਕੀਤਾ ਸੀ ਕਿ ਆਹ ਮੇਰਾ ਆਧਾਰ ਕਾਰਡ ਆ, ਮੈਂ ਸੋਸ਼ਲ ਮੀਡੀਆ 'ਤੇ ਪਾਉਣ ਲੱਗਾ ਜੀ, ਆਹ ਇਹਦਾ ਸਿੱਧਾ ਪਾਸਾ, ਆਹ ਇਹਦਾ ਪੁੱਠਾ ਪਾਸਾ, ਮੇਰੇ ਆਧਾਰ ਕਾਰਡ ਦੇ ਡਾਟੇ ਨੂੰ ਸਨ ਲਾ ਕੇ ਵਿਖਾਓ, ਹੈ ਕਿਸੇ ਦੀ ਹਿੰਮਤ? ਅਤੇ ਘੰਟੇ ਸਿਰਫ 4 ਲੰਘੇ, ਉਹਦੇ ਵਿੱਚ ਇਹ ਵੀ ਆ ਗਿਆ ਕਿ ਤੇਰੇ ਬਾਪ ਦਾ ਨਾਂ ਫਲਾਨਾ, ਤੇਰਾ ਪਿੰਡ ਫਲਾਨੇ 'ਚ ਜਨਮ ਹੋਇਆ, ਇਸ ਤਰੀਕ ਨੂੰ ਹੋਇਆ, ਫਲਾਨੇ ਫਲਾਨੇ ਤੱਕ ਜੋ ਕੁਝ ਸੀ ਉਹਦੇ ਨਾਲ ਜੁੜੀਆਂ ਉਹਦੀਆਂ ਇਨਕਮ ਟੈਕਸ ਰਿਟਰਨਾਂ ਵੀ ਸਭ ਕੁਝ ਸਾਹਮਣੇ ਆ ਗਈਆਂ, ਕਹਿੰਦੇ ਲੈ ਚੱਕ ਲਾ, ਇੱਕ ਹੋ ਗਿਆ। ਇਸ ਕਰਕੇ ਕਿ ਅੱਜ ਕੱਲ੍ਹ ਹੈਕਿੰਗ ਕਰਨ ਵਾਲੇ ਜਿਹੜੇ ਹੈਕਰ ਨੇ ਉਹ ਦੂਸਰਿਆਂ ਤੋਂ ਬਹੁਤ ਜ਼ਿਆਦਾ ਤੇਜ਼ ਆ, ਅਤੇ ਉਹ ਹੋਰ ਕੁਝ ਨਹੀਂ ਕਰਦੇ, ਹੈਕਿੰਗ ਦੀ ਇਹਨਾਂ ਪੁੱਠੇ ਕੰਮਾਂ ਦੀ ਕਮਾਈ ਖਾਧੀ ਆ, ਖਾਂਦੇ ਆ ਉਹ। ਆਪਣੇ ਪੰਜਾਬੀ 'ਚ ਇੱਕ ਮੁਹਾਵਰਾ ਨਹੀਂ, ਚੋਰਾਂ ਦੇ ਘੜਿਆਲ ਵਗਦੇ ਆ। ਬਿਲਕੁਲ ਸਹੀ। ਇਹ ਜਿਹੜੇ ਹੈਕਿੰਗ ਕਰਨ ਵਾਲੇ ਆ, ਇਹਨਾਂ ਨੇ ਪਿਛਲੇ ਸਮੇਂ 'ਚ ਵੱਡੀਆਂ ਵੱਡੀਆਂ ਕੰਪਨੀਆਂ ਦਾ ਡਾਟਾ ਹੈਕ ਕਰਕੇ ਅਤੇ ਉਹਨਾਂ ਤੋਂ ਉਹਦੇ ਬਦਲੇ 'ਚ ਬਹੁਤ ਮੋਟੀਆਂ ਰਕਮਾਂ ਲਈਆਂ ਨੇ। ਰਕਮਾਂ ਉਹ ਕਿੱਥੇ ਲੈਂਦੇ ਆ? 5-7 ਦੇਸ਼ ਇਹੋ ਜਿਹੇ ਆ, ਨਾਈਜੀਰੀਆ ਹੋ ਗਿਆ ਜੀ, ਸੋਮਾਲੀਆ ਹੋ ਗਿਆ, ਯੂਰਪ ਦੇ ਵੀ 3-4 ਟੁੱਟੇ ਭੱਜੇ ਜਿਹੇ ਦੇਸ਼ ਅੱਗੇ ਨਿੱਕੇ ਨਿੱਕੇ ਜਿਨ੍ਹਾਂ 'ਚ ਇਹ ਕੰਮ ਚੱਲਦਾ, ਉੱਥੋਂ ਹੈਕਿੰਗ ਕਰਦੇ ਆ, ਪੈਸਾ ਵੀ ਉੱਥੇ ਟ੍ਰਾਂਸਫਰ ਕਰਦੇ ਆ ਅਤੇ ਮੁੜ ਕੇ ਉੱਥੇ ਜਾ ਕੇ ਦੁਨੀਆ ਦੀ ਕੋਈ ਤਾਕਤ ਉਹਨਾਂ ਲੱਭ ਨਹੀਂ ਸਕਦੀ। ਆ ਬਿਟਕੋਇਨ ਦੇ ਵਿੱਚ ਵੀ ਉਹਨਾਂ ਨੇ ਇਹੋ ਕੁਛ ਕੀਤਾ ਸੀ। ਹੁਣ ਇਹ ਕਹਿਣਾ ਕਿ ਸਾਡਾ ਡਾਟਾ ਚੋਰੀ ਨਹੀਂ ਹੋ ਸਕਦਾ, ਇੱਦਾਂ ਦੇ ਦਾਅਵੇ ਕਰਨੇ ਬੜਾ ਸੌਖੇ ਆ, ਪਰ ਉਹਨਾਂ ਦੇ ਉੱਤੇ ਅਮਲ ਕਰਨਾ ਬਹੁਤ ਔਖਾ। ਜਦੋਂ ਹਰ ਚੀਜ਼ ਨਾਲ ਤੁਸੀਂ ਆਧਾਰ ਕਾਰਡ ਜੋੜ ਦਿਓਗੇ, ਇੱਕੋ ਆਧਾਰ ਕਾਰਡ ਆ, ਉਹ ਸਭ ਥਾਵਾਂ 'ਤੇ ਚੱਲ ਜਾਵੇ, ਤੁਸੀਂ ਏਅਰਪੋਰਟ 'ਤੇ ਜਾਓ ਅਤੇ ਉਹ ਕਹਿਣਗੇ ਜੀ ਟਿਕਟ ਬਾਅਦ 'ਚ, ਪਹਿਲਾਂ ਆਧਾਰ ਕਾਰਡ ਲਿਓ। ਸਕੂਲ ਬੱਚਾ ਦਾਖਲ ਕਰਾਉਣ ਜਾਓਗੇ ਅਤੇ ਉਹ ਕਹਿਣਗੇ ਜੀ ਬੱਚਾ ਤੁਹਾਡਾ ਬਾਅਦ 'ਚ ਵੇਖਾਂਗੇ, ਉਹਦੇ ਕਾਗਜ਼ ਬਾਅਦ 'ਚ ਵੇਖਾਂਗੇ, ਪਹਿਲਾਂ ਆਧਾਰ ਕਾਰਡ ਲਿਓ ਜੀ। ਆਹ ਪਰਸੋਂ ਦੀ ਖਬਰ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕੁੜੀ ਪੇਕੇ ਗਈ ਸੀ, ਪ੍ਰੈਗਨੈਂਟ ਸੀ, ਉੱਥੇ ਜਾ ਕੇ ਪੇਨ ਸ਼ੁਰੂ ਹੋ ਗਈ, ਹਸਪਤਾਲ ਲੈ ਕੇ ਸਰਕਾਰੀ ਹਸਪਤਾਲ ਵਾਲਿਆਂ ਨੇ ਉਹਨੂੰ ਦਾਖਲ ਨਹੀਂ ਕੀਤਾ ਜੀ, ਕਹਿਣਾ ਆਧਾਰ ਕਾਰਡ ਲਿਆ, ਆਧਾਰ ਕਾਰਡ ਉਹਦੇ ਸਹੁਰੇ ਪਿਆ ਸੀ, ਆਧਾਰ ਕਾਰਡ ਨੂੰ ਡਿੱਗਦੀ ਉਹ ਸਟ੍ਰੈਚਰ 'ਤੇ ਪਈ ਮਰ ਗਈ ਆ ਜੀ, ਕਿਉਂਕਿ ਆਧਾਰ ਕਾਰਡ ਨਹੀਂ ਸੀ। ਹੁਣ ਜਿਹੜਾ ਆਧਾਰ ਕਾਰਡ ਤੁਸੀਂ ਏਅਰਲਾਈਨਾਂ ਨਾਲ ਟਿਕਟਾਂ ਨਾਲ ਵੀ ਜੋੜਤਾ, ਏਅਰਪੋਰਟ 'ਤੇ ਜਾਓ, ਬਾਹਰ ਜਿਹੜਾ ਐਂਟਰੈਂਸ ਗੇਟ ਆ ਉੱਥੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਮੁਲਾਜ਼ਮ ਬੈਠੇ, ਉਹਨਾਂ ਕੋਲ ਆਧਾਰ ਕਾਰਡ ਚਲਾ ਗਿਆ, ਅੰਦਰ ਜਾਓ ਤਾਂ ਏਅਰਲਾਈਨ ਵਾਲਿਆਂ ਕੋਲ ਚਲਾ ਗਿਆ ਜੀ, ਅੱਗੇ ਜਾਓ ਤਾਂ ਸਿਕਿਉਰਿਟੀ ਵਾਲਿਆਂ ਕੋਲ ਚਲਾ ਗਿਆ, ਜੇ ਤੁਸੀਂ ਉੱਥੇ ਕੋਈ ਹੋਰ ਸਮਾਨ ਲੈਣੇ ਉੱਥੇ ਚਲਾ, ਇੰਨੇ ਥਾਵਾਂ 'ਤੇ ਜਦੋਂ ਜਾਓ, ਏਅਰਲਾਈਨ ਦੇ 40 ਦੇਸ਼ਾਂ ਦੇ ਵਿੱਚ 40 ਸ਼ਹਿਰਾਂ 'ਚ ਕਾਊਂਟਰ ਨੇ ਜੀ, ਉੱਥੇ ਜਾ ਕਿੱਦਾਂ ਹੋਵੇਗਾ? ਅੱਜ ਪਿਛਲੇ ਹਫ਼ਤੇ ਯੂਰਪ ਦੀ ਇੱਕ ਬਹੁਤ ਵੱਡੀ ਏਅਰਲਾਈਨ ਦਾ ਡਾਟਾ ਚੋਰੀ ਹੋਇਆ ਸੀ, 8-9 ਲੱਖ ਲੋਕਾਂ ਦਾ ਡਾਟਾ, ਉਹਦੇ ਪੈਸੰਜਰਸ ਦਾ ਚੋਰੀ ਹੋ ਗਿਆ ਸੀ ਜੀ। ਹੁਣ ਸਾਡੇ ਵਾਲਿਆਂ ਦਾ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਾਡੀਆਂ ਫੌਜਾਂ ਦਾ, ਸਾਡੇ ਅਫਸਰਾਂ ਦਾ, ਉਹਨਾਂ ਦੇ ਜਿਹੜੇ ਪੈਨ ਕਾਰਡ ਨੇ ਜੀ,
ਵਿਦੇਸ਼ਾਂ ਵਾਲਿਆਂ ਨੂੰ ਪਤਾ ਨਹੀਂ, ਪਰ ਸਾਡੇ ਪੈਨ ਕਾਰਡ ਇੱਥੇ ਇਨਕਮ ਟੈਕਸ ਦਾ ਕਾਰਡ ਨੰਬਰ ਹੁੰਦਾ ਜੀ, ਪਰਮਾਨੈਂਟ ਅਕਾਊਂਟ ਨੰਬਰ, ਉਹ ਜਿਹੜੇ ਇਨਕਮ ਟੈਕਸ ਦੇ ਅਕਾਊਂਟ ਨੰਬਰ ਆ ਉਹਨਾਂ ਦਾ ਡਾਟਾ ਵੀ ਚੋਰੀ ਹੋ ਗਿਆ। ਅਤੇ ਜੇ ਚੋਰੀ ਕਰਨ ਵਾਲਿਆਂ ਨੇ ਉਹ ਡਾਟਾ ਕੱਲ੍ਹ ਨੂੰ ਪਾਕਿਸਤਾਨ ਨੂੰ ਵੇਚਤਾ, ਸਾਡੇ ਉਹਨਾਂ ਅਫਸਰਾਂ ਨੂੰ ਬਲੈਕਮੇਲ ਕੀਤਾ ਜਾ ਸਕਦਾ। ਜਿਹੜੀਆਂ ਯੂਨਿਟਾਂ ਦਾ ਜ਼ਿਕਰ ਆ ਗਿਆ ਕਿ ਉਹਨਾਂ ਦਾ ਡਾਟਾ ਚੋਰੀ ਹੋਇਆ, ਉਹਨਾਂ 'ਚ ਕੁਝ ਤਾਂ ਜੰਮੂ ਕਸ਼ਮੀਰ 'ਚ ਵੀ ਲੱਗੀਆਂ ਪਈਆਂ ਨੇ ਜੀ। ਹੁਣ ਇਹ 'ਚ ਕੀਤਾ ਕੁਛ ਨਹੀਂ ਜਾ ਸਕਦਾ, ਇੱਕੋ ਹੀ ਆ ਕਿ ਮੁਹਾਵਰਾ ਇੱਕ ਹੁੰਦਾ, ਘਰ ਪੱਕਾ ਰੱਖ ਅਤੇ ਚੋਰ ਨਾ ਕਿਸੇ ਨੂੰ ਆਖ। ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੱਥੇ ਮਗੋਰੇ ਆ ਘਰ ਪੱਕਾ ਰੱਖਣ ਦਾ ਯਤਨ ਕਰੇ ਜੀ। ਬਿਲਕੁਲ, ਵੇਲਾ ਇੱਕ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ ਆਪਣੇ ਨਾਲ ਨੇ। ਪੰਨੂ ਸਾਹਿਬ, ਦੂਸਰਾ ਸਵਾਲ ਇਹ ਹੈ ਜੀ ਕਿ ਇੱਕ ਨਵੀਂ ਗੱਲ ਸਾਹਮਣੇ ਆਈ ਕਿ ਜਿਹੜੇ ਜਦੋਂ ਨੋਟਬੰਦੀ ਹੋਈ ਸੀ ਉਸ ਤੋਂ ਪਹਿਲਾਂ ਜਨ ਧਨ ਖਾਤੇ ਬੜੇ ਖੁਲਵਾਏ ਗਏ ਸੀਗੇ, ਅਤੇ ਨੋਟਬੰਦੀ ਦੇ ਦੌਰਾਨ ਕਿਹਾ ਗਿਆ ਸੀ ਕਿ ਜਨ ਧਨ ਵਾਲੇ ਜਿਹੜੇ ਖਾਤੇ ਨੇ ਉਹਨਾਂ ਵਿੱਚ ਵੈਸੇ ਤਾਂ ਪੈਸਾ ਆਇਆ ਨਹੀਂ, ਪਰ ਉਸ ਮੌਕੇ 'ਤੇ ਬਹੁਤ ਸਾਰਾ ਪੈਸਾ ਜਮ੍ਹਾਂ ਕਰਵਾਇਆ ਗਿਆ ਸੀ, ਅਤੇ ਹੁਣ ਕਹਿੰਦੇ ਉਹਨਾਂ ਦੀ ਜਾਂਚ ਦੀ ਗੱਲ ਤੁਰ ਪਈ ਹੈ, ਇਹ ਕੀ ਗੱਲ ਨਿਕਲਦੀ ਜਾਪਦੀ? ਗੁਰਪ੍ਰੀਤ ਜੀ, ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਸਾਹਿਬ ਨੇ ਇੱਕ ਸਕੀਮ ਲਾਂਚ ਕੀਤੀ ਸੀ ਕਿ ਗਰੀਬ ਗੁਰਬਾ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਜੀ, ਉਹਨਾਂ ਨੂੰ ਵੀ ਬੈਂਕ 'ਚ ਅਸੀਂ ਖਾਤਾ ਖੋਲ੍ਹ ਕੇ ਦੇਣਾ, ਇਕੱਲਾ ਖਾਤਾ ਨਹੀਂ ਦੇਣਾ, ਉਹਨਾਂ ਨੂੰ ਇੱਕ ਕ੍ਰੈਡਿਟ ਕਾਰਡ ਵੀ ਦੇ ਦੇਣਾ ਜੀ। ਉਹ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੋ ਚੁੱਕ, ਉਹ ਇਸ ਕਰਕੇ ਕਿ ਗਰੀਬ ਆਪਣਾ ਬੈਂਕ ਵਿੱਚ ਖਾਤਾ ਇਸ ਕਰਕੇ ਨਹੀਂ ਖੁਲਾਉਂਦਾ ਕਿ ਖਾਤਾ ਖੁਲਾਉਣ ਵਾਸਤੇ ਕਿਸੇ ਥਾਂ 'ਤੇ 500 ਰੁਪਈਆ ਚਾਹੀਦਾ, ਕਿਸੇ ਬੈਂਕ ਦੇ ਵਿੱਚ 1000 ਰੁਪਈਏ ਦੀ ਸਕੀਮ ਆ, ਕਿਸੇ ਦੇ ਵਿੱਚ ਘੱਟੋ ਘੱਟ 5000 ਚਾਹੀਦਾ ਜੀ। ਇੰਨੇ ਪੈਸੇ ਚਾਹੀਦੇ ਨੇ ਗਰੀਬ ਕੋਲ, ਇੰਨੇ ਪੈਸੇ ਬਚਦੇ ਨਹੀਂ, ਉਹ ਤਾਂ ਡੰਗੋ ਡੰਗ ਰੋਟੀ ਮਸਾਂ ਆਪਣੀ ਪਕਾ ਕੇ ਖਾਂਦਾ, ਅਤੇ ਉਹਨੇ ਬੈਂਕ 'ਚ ਕਿੱਥੋਂ ਜਮ੍ਹਾਂ ਕਰਾਉਣੇ ਜੀ? ਮੋਦੀ ਸਾਹਿਬ ਕਹਿੰਦੇ ਕਿ ਮੈਂ ਇਹਨਾਂ ਨੂੰ ਸਨਮਾਨ ਨਾਲ, ਇੱਜ਼ਤ ਨਾਲ ਜੀਣ ਦਾ ਹੱਕ ਦੇਣਾ ਚਾਹੁੰਦਾ, ਇਹਨਾਂ ਸਾਰਿਆਂ ਦੇ ਨਾਂ 'ਤੇ ਬੈਂਕ 'ਚ ਖਾਤੇ ਖੁੱਲ੍ਹਣਗੇ ਜ਼ੀਰੋ ਬੈਲੈਂਸ ਵਾਲੇ, ਇੱਕ ਪੈਸਾ ਵੀ ਦੇਣਾ ਨਹੀਂ ਜੀ, ਜਾ ਕੇ ਬੈਂਕ ਵਿੱਚ ਖਾਤਾ ਖੁਲਾ ਦਿਓ। ਉਸ ਖਾਤੇ ਦੇ 4-5 ਫਾਇਦੇ ਹੋਣਗੇ। ਪਹਿਲਾ ਤਾਂ ਇਹ ਕਿ ਉੱਦਾਂ ਤਾਂ ਡੰਗੋ ਡੰਗ ਦੀ ਰੋਟੀ ਖਾਂਦੇ ਹੋ, ਪਰ ਜੇ ਕਿਸੇ ਦਿਨ ਫਰਜ਼ ਕਰੋ 2000-5000 ਰੁਪਏ ਤੁਹਾਡੇ ਬਚ ਹੀ ਜਾਣ, ਅਤੇ ਉਹਦੇ 'ਚੋਂ ਵੀ ਜਾ ਕੇ 200 ਰੁਪਇਆ ਜਮ੍ਹਾਂ ਕਰਾਇਓ, ਤੁਹਾਡੇ ਪੈ ਰਹਿਣਗੇ ਜੀ। ਦੂਸਰਾ ਫਾਇਦਾ ਇਹ ਕਿ ਗਰੀਬ ਆਦਮੀ ਨੂੰ ਜੇ ਕੋਈ ਪੁੱਛੇ ਫਲਾਨੇ ਕੋਲ ਤਾਂ ਕਾਰਡ ਆ, ਕ੍ਰੈਡਿਟ ਕਾਰਡ ਤੇਰੇ ਕੋਲ ਕੀ ਆ, ਉਹ ਕਹਿ ਸਕਦਾ ਮੇਰੇ ਕੋਲ ਵੀ ਹੈਗਾ, ਇੱਜ਼ਤ ਨਾਲ ਬਾਕੀਆਂ 'ਚ ਖਲੋ ਸਕਦਾ। ਤੀਸਰੀ ਗੱਲ ਇਹ ਕਿ ਉਹਦੇ ਨਾਲ ਇਹ ਕਹਿਤਾ ਕਿ ਬਗੈਰ ਖਾਤੇ 'ਚ ਪੈਸਾ ਜਮ੍ਹਾਂ ਕਰਾਏ ਤੋਂ ਇੱਕ ਖਾਸ ਹੱਦ ਮਿੱਥ ਦਿੱਤੀ ਕਿ ਇੰਨੇ ਪੈਸਿਆਂ ਤੱਕ, ਬਗੈਰ ਪੈਸਿਆਂ ਤੋਂ ਵੀ ਬੈਂਕ ਵਿੱਚੋਂ ਇੰਨੇ ਪੈਸੇ ਲੈ ਸਕਦਾ, ਜਿਹੜੇ ਬਾਅਦ 'ਚ ਮਿੱਥੇ ਸਮੇਂ 'ਚ ਉਹਨੂੰ ਹੌਲੀ ਹੌਲੀ ਮੋੜਨੇ ਪੈਣਗੇ। ਇੱਕ ਚੌਥੀ ਗੱਲ ਸੀ ਉਹ ਇਹ ਕਿ ਇਹਨਾਂ ਕਾਰਡਾਂ ਦੇ ਬਹਾਨੇ ਸ਼ਾਇਦ 50,000 ਰੁਪਇਆ ਸੀਗਾ ਮਿੱਥਿਆ ਗਿਆ ਜੀ, ਕਿ ਉਹਨਾਂ ਦੀ ਇੰਸ਼ੋਰੈਂਸ ਦੀ ਸਕੀਮ ਹੋਵੇਗੀ ਕਿ ਜਿਹਦਾ ਜਨ ਧਨ ਖਾਤਾ ਖੁੱਲ੍ਹਾ, ਜੇ ਖਾਤਾ ਵੀ ਖੁੱਲ੍ਹਾ ਅਤੇ ਉਹਨੂੰ ਕਾਰਡ ਵੀ ਮਿਲਿਆ, ਕੱਲ੍ਹ ਨੂੰ ਐਕਸੀਡੈਂਟ ਹੋ ਜਾਂਦਾ, ਡੈਥ ਹੋ ਜਾਂਦੀ, ਉਹਦੇ ਪਰਿਵਾਰ ਨੂੰ ਉਨੇ ਪੈਸੇ ਮਿਲ ਜਾਣਗੇ। ਇੱਕ ਸਕੀਮ ਇਹ ਵੀ ਸੀ ਜੀ, ਇਹ ਸਾਰੀਆਂ ਗੱਲਾਂ ਸੀ ਜਦੋਂ ਇਹ ਖਾਤੇ ਖੁੱਲ੍ਹਣੇ ਸ਼ੁਰੂ ਹੋਏ, ਕਰੋੜਾਂ ਦੀ ਗਿਣਤੀ 'ਚ ਖੁੱਲ੍ਹ ਗਏ, ਕਈਆਂ ਬੈਂਕਾਂ ਨੇ ਧੜਾ ਧੜਾ ਖੋਲ੍ਹੇ, ਕਈਆਂ ਨੇ ਸਲੋਅ ਖੋਲ੍ਹੇ। 2 ਸਾਲਾਂ ਬਾਅਦ ਵੇਖਿਆ ਕਿ ਉਹਨਾਂ ਦੇ ਵਿੱਚੋਂ 80% ਖਾਤੇ ਉਹ ਹੈ ਜਿਨ੍ਹਾਂ 'ਚ ਨਾ ਦਵਾਨੀ ਆਉਂਦੀ ਹੈ ਅਤੇ ਨਾ ਆਨਾ ਨਿਕਲਦਾ ਜੀ। ਜਦੋਂ ਦਵਾਨੀ ਆਉਂਦੀ ਨਹੀਂ, ਆਨਾ ਨਿਕਲਦਾ ਨਹੀਂ, ਉਹੀ ਖਾਤੇ ਮੁੜ ਮੁੜ ਚੁੱਕਣੇ ਪੈਂਦੇ ਆ, ਅਤੇ ਇਕੱਲਾ ਕੰਪਿਊਟਰ ਤਾਂ ਨਹੀਂ ਚੁੱਕਦਾ, ਉਹਨਾਂ ਦੇ ਪ੍ਰਿੰਟ ਵੀ ਕੱਢ ਕੱਢ ਕੇ ਲਾਉਣੇ ਪੈਂਦੇ ਆ ਜੀ। ਬੈਂਕਾਂ ਦਾ ਕੰਮ ਵੱਧ ਗਿਆ, ਉਹਨਾਂ ਨੇ ਹੌਲੀ ਹੌਲੀ ਬੰਦ ਕਰਨੇ ਸ਼ੁਰੂ ਕਰਤੇ, ਇੱਕ ਗੱਲ ਤਾਂ ਇਹ ਹੋਈ ਉਹ ਖਾਤੇ ਹੁਣ ਘੱਟ ਗਏ ਨੇ। ਦੂਸਰੀ ਗੱਲ ਇਹ ਹੋਈ ਕਿ ਜਿਹੜੇ ਬਿਲਕੁਲ ਜ਼ੀਰੋ ਬੈਲੈਂਸ ਵਾਲੇ ਜਨ ਧਨ ਖਾਤੇ ਸੀ, ਜਦੋਂ ਨੋਟਬੰਦੀ ਹੋਈ ਉਦੋਂ ਤਾਂ ਉਹ ਖਾਤੇ ਖੁੱਲ੍ਹਣ ਨੂੰ ਅਜੇ 2 ਮਹੀਨੇ ਹੋਏ ਸੀ ਜੀ, ਉਹਨਾਂ ਦੇ ਵਿੱਚ ਤਕਰੀਬਨ 20% ਖਾਤੇ ਇਹੋ ਜਿਹੇ ਸੀ ਜਿਨ੍ਹਾਂ ਦੇ ਵਿੱਚ ਕਿਸੇ 'ਚ 20,000 ਰੁਪਈਆ, ਕਿਸੇ 'ਚ 1,00,000 ਰੁਪਈਆ, ਕਿਸੇ 'ਚ 2 ਕਰੋੜ ਰੁਪਈਆ, ਕਿਸੇ 'ਚ 5 ਕਰੋੜ ਤੱਕ ਆ ਗਿਆ। ਫਟਾਫਟ ਇਹ ਪੈਸੇ ਆ ਗਏ। ਹੁਣ ਉਹ ਪੈਸੇ ਆਏ ਕਿੱਦਾਂ? ਇੱਕਦਮ ਇਕੱਠਾ 5 ਕਰੋੜ 'ਤੇ ਜਮ੍ਹਾਂ ਹੋਇਆ ਨਾ ਜੀ, ਰੋਜ਼ ਆਏ, 1,00,000 ਰੁਪਈਆ ਜਮ੍ਹਾਂ ਕਰਾਤਾ, ਅਗਲੇ ਦਿਨ 1,00,000 ਕਰਾਤਾ, ਅਗਲੇ ਦਿਨ ਕਰਾਤਾ। ਇਹ ਜੀ ਸਾਡੇ ਕੋਲ ਪੁਰਾਣੇ ਨੋਟ ਪਏ ਆ ਅਤੇ ਬਦਲਾਉਣੇ ਆ, ਜਮ੍ਹਾਂ ਕਰਾਈ ਗਿਆ ਕਢਾਈ ਗਿਆ, ਜਮ੍ਹਾਂ ਕਰਾਈ ਗਿਆ ਕਢਾਈ ਗਿਆ, ਇਸ ਤਰ੍ਹਾਂ ਕੀਤਾ ਗਿਆ। ਇਹ ਬਾਅਦ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ ਵੇਖ ਲਿਆ ਕਿ ਇਹ ਖਾਤੇ ਤਾਂ ਜ਼ੀਰੋ ਬੈਲੈਂਸ ਵਾਲੇ ਸੀ, ਇਹਨਾਂ 'ਚ ਪਹਿਲਾਂ ਵੀ ਕੋਈ ਪੈਸਾ ਜਮ੍ਹਾਂ ਨਹੀਂ ਸੀ ਹੁੰਦਾ, ਇਹਨਾਂ ਵਿੱਚ ਬਾਅਦ ਵਿੱਚ ਵੀ ਕਦੇ ਕੋਈ ਪੈਸਾ ਜਮ੍ਹਾਂ ਨਹੀਂ ਹੋਇਆ, ਪਰ ਉਹਨਾਂ ਦਿਨਾਂ ਦੇ ਵਿੱਚ ਅਚਾਨਕ ਪੈਸੇ ਜਮ੍ਹਾਂ ਹੋਏ ਜੀ, ਅਤੇ ਪੈਸੇ ਕਿੱਥੋਂ ਆ ਗਏ? ਅਤੇ ਫਿਰ ਜਿੱਦਾਂ ਆਏ ਸੀ ਉੱਦਾਂ ਹੀ ਚਲੇ ਵੀ ਗਏ, ਅਤੇ ਪੈਸੇ ਗਏ ਕਿੱਥੇ?
ਹੁਣ ਉਹਨਾਂ ਦੀ ਪੜਤਾਲ ਹੁੰਦੀ ਪਈ ਆ। ਸਾਡੇ ਕੋਲ ਆਂਢ ਗੁਆਂਢ ਦੀ ਇਨਫੋਰਮੇਸ਼ਨ ਬਹੁਤ ਆ। ਸਾਡੇ ਜਲੰਧਰ ਵਰਗੇ ਸ਼ਹਿਰ 'ਚ ਜੀ ਇੱਕ ਕਾਰਖਾਨੇਦਾਰ ਇਹੋ ਜਿਹਾ ਸੀ ਜਿਹਦੇ ਕੋਲ 20-25 ਬੰਦੇ ਕੰਮ ਕਰਦੇ ਸੀ, ਛੋਟਾ ਕਾਰਖਾਨਾ ਸੀ। ਉਹਨੇ ਸਾਰਿਆਂ ਨੂੰ ਇਹ ਕਹਿ ਦਿੱਤਾ ਕਿ ਆਹ ਪੈਸੇ ਮੇਰੇ ਕੋਲ ਲੈ ਜਾਓ, 50-50 ਹਜ਼ਾਰ ਰੁਪਈਆ ਸਾਰੇ ਜਣੇ ਉੱਥੇ ਬੈਂਕ ਜਮ੍ਹਾਂ ਕਰਾਓ ਆਪੋ ਆਪਣੇ ਅਕਾਊਂਟ 'ਚ, ਅਤੇ ਮੈਨੂੰ ਤੁਸੀਂ 50-50 ਹਜ਼ਾਰ ਦਾ ਚੈੱਕ ਦੇ ਦਿਓ, ਮੈਂ ਬਾਅਦ 'ਚ ਉੱਥੋਂ ਕਢਾ ਲੂੰਗਾ। ਤੁਸੀਂ ਜਮ੍ਹਾਂ ਕਰਾਏ, ਮੈਂ ਕਢਾ ਲੈਣੇ ਆ, ਪਰ ਇੰਨੇ ਕੰਮ ਦੇ ਵਾਸਤੇ ਤੁਹਾਨੂੰ 5-5 ਹਜ਼ਾਰ ਰੁਪਈਆ ਦੇ ਦੂੰ। ਯਾਨੀ 10 ਰੁਪਈਏ ਦਾ ਕੱਟ ਲਾ ਦਿੱਤਾ, ਆਪਣੇ ਜਿਹੜੇ 50 ਹਜ਼ਾਰ ਸੀ ਉਹ 'ਚੋਂ 45 ਬਚਾ ਲਏ, ਲੱਖ ਦੇ ਵਿੱਚੋਂ ਦੋ ਜਣਿਆਂ ਦੇ ਖਾਤੇ 'ਚੋਂ 10 ਹਜ਼ਾਰ ਬਚ ਗਿਆ ਜੀ। ਇੱਦਾਂ ਉਹਨੇ 10-12 ਦਿਨ ਕਰ ਕੁਰ ਕੇ ਅਤੇ ਕਹਿੰਦੇ ਆ ਕਿ ਰੁਪਈਆ ਉਹਨੇ ਤਕਰੀਬਨ 10-12 ਕਰੋੜ ਜਿਹੜਾ ਸੀ ਉੱਪਰ ਹੇਠਾਂ ਕਰ ਲਿਆ। ਉਹ 10-12 ਕਰੋੜ ਉੱਪਰ ਹੇਠਾਂ ਕਰਨ ਦੇ ਵਿੱਚ ਜਦੋਂ ਦਸਵਾਂ ਹਿੱਸਾ ਪਾਸੇ ਹਾਸੇ ਕੀਤਾ ਅਤੇ ਉਹ 20 ਕੁ ਬੰਦਿਆਂ ਦੇ ਵਿੱਚ ਫਿਰ ਇੰਨੇ ਕੁ ਪੈਸੇ ਕੋਈ ਨਾ ਕੋਈ ਕਰੋੜ ਕੁ ਰੁਪਈਆ ਵੰਡਿਆ ਮੁੰਡਿਆ ਵੀ ਗਿਆ, ਉਹ ਵੀ ਖੁਸ਼ ਜੀ। ਬਾਅਦ 'ਚ ਪੜਤਾਲ ਚੱਲ ਪਈ, ਜਿਹੜੇ ਅਫਸਰਾਂ ਪੜਤਾਲ ਕੀਤੀ ਉਹਨਾਂ ਆਖਿਆ ਠੀਕ ਆ, ਉੱਧਰੋਂ 10% ਲਿਆ ਸੀ, ਸਾਨੂੰ ਦੱਸੋ ਕਿੰਨਾ ਦਿੰਦੇ ਆ, ਇਹ ਵੀ ਗੱਲ ਚੱਲੀ। ਇੱਦਾਂ ਦਾ ਬਹੁਤ ਕੁਛ ਉਹਨਾਂ ਦਿਨਾਂ 'ਚ ਹੋਇਆ ਸੀ। ਹੁਣ ਉਹ ਜਨਧਨ ਖਾਤਿਆਂ ਦੀ ਜਦੋਂ ਜਾਂਚ ਦੀ ਗੱਲ ਚੱਲਦੀ ਪਈ ਹੈ ਜੀ, ਜਾਂ ਤਾਂ ਹੋ ਜਾਵੇ ਤਾਂ ਇੱਕ ਵੱਡੇ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਦੀ ਕਰ ਲਓ ਜਨਧਨ ਖਾਤਿਆਂ ਦੀ। ਮੈਨੂੰ ਡਰ ਆ ਕਿ ਜਨਧਨ ਖਾਤਿਆਂ 'ਚ ਜਿੱਥੇ 10 ਲੱਖ ਰੁਪਈਆ ਜਮ੍ਹਾਂ ਹੋਇਆ, ਜਿੱਥੇ 5 ਲੱਖ ਰੁਪਈਆ, ਜਿੱਥੇ 2 ਲੱਖ ਰੁਪਈਆ ਹੋਇਆ, ਉੱਥੇ ਤਾਂ ਇਨਕਮ ਟੈਕਸ ਦਾ ਛਾਪਾ ਪੈ ਜਾਣਾ, ਅਤੇ ਛਾਪਾ ਹੀ ਨਹੀਂ ਪੈਣਾ, ਸਿਆਪਾ ਵੀ ਪੈ ਜਾਣਾ ਜੀ। ਪਰ ਜਿੱਥੇ 1-2 ਕਰੋੜ ਹੋਇਆ, ਵੱਡੀਆਂ ਅਸਾਮੀਆਂ ਆਈਆਂ, ਉਹਨਾਂ ਪਰਦੇ ਦੇ ਪਿੱਛੇ ਗੱਲਬਾਤ ਕਰਨੀ ਆ, ਨਾਲੇ ਸ਼ਾਮ ਨੂੰ ਡਿਨਰ ਕਰਨਗੇ, ਨਾਲੇ ਬਾਕੀ ਸੌਦਾ ਪੁੱਗ ਜਾਏਗਾ, ਮਾਮਲੇ ਫਿਰ ਠੱਪੇ ਜਾਣੇ ਆ। ਕਰਨਾ ਤਾਂ ਇੱਕ ਵੱਡਿਓਂ ਕਰਨਾ ਚਾਹੀਦਾ, ਨਹੀਂ ਤਾਂ ਫਿਰ ਰਹਿਣ ਦੇ ਯੋਗ ਸੋ। ਆਹੀ ਗੱਲ ਮਾੜੀ ਹੈ ਪੰਨੂ ਸਾਹਿਬ। ਵੈਸੇ ਇੱਕ ਸਵਾਲ ਹੋਰ ਮੈਂ ਕਰਨਾ ਚਾਹੁੰਦਾ ਪੰਨੂ ਸਾਹਿਬ, ਜਦੋਂ ਮੋਦੀ ਹੋਰੀ ਆਏ ਸੀ ਤਾਂ ਇਹਨਾਂ ਨੇ ਸ਼ੁਰੂ 'ਚ ਗੱਲ ਕੀਤੀ ਸੀ ਕਿ ਵੀ ਜਿਹੜੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਦਾਗੀ ਕਹਿ ਲਓ ਕੈਂਪ ਵੀ ਬੈਠੇ ਨੇ ਜੀ, ਜਿਹੜੇ ਲੀਡਰ ਨੇ ਵਿਧਾਨ ਸਭਾਵਾਂ ਦੇ ਵਿੱਚ, ਜਿਹੜੀਆਂ MLA ਨੇ ਉਹ ਵੀ ਦਾਗੀ ਨੇ, ਉਹਨਾਂ ਨੂੰ ਜਾਂ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਅਦਾਲਤਾਂ ਬਣਾਵਾਂਗੇ। ਪਹਿਲਾਂ ਚੇਤਾ ਨਹੀਂ ਆਇਆ ਪਰ ਹੁਣ ਕਹਿੰਦੇ 11 ਰਾਜਾਂ 'ਚ ਬਣਾਤੀਆਂ ਗਈਆਂ ਵਿਸ਼ੇਸ਼ ਅਦਾਲਤਾਂ, ਉਹ ਕੀ ਚੱਕਰ ਆ? ਮੋਦੀ ਸਾਹਿਬ ਨੇ ਚੋਣ ਮੁਹਿੰਮ ਦੇ ਦੌਰਾਨ 2014 'ਚ ਆਖਿਆ ਸੀ। ਮੈਨੂੰ ਇਹ ਸੁਣ ਕੇ ਸ਼ਰਮ ਆਉਂਦੀ ਹੈ ਕਿ ਪਾਰਲੀਮੈਂਟ 'ਚ ਤੀਸਰਾ ਹਿੱਸਾ ਮੈਂਬਰ ਉਹ ਹੈ ਜਿਹਨਾਂ 'ਤੇ ਅਪਰਾਧਿਕ ਕੇਸ ਚੱਲਦੇ ਆ ਜੀ। ਕੇਸ ਕੀ ਨੇ? ਲੁੱਟ ਦਾ ਕੇਸ ਹੈ, ਇਰਾਦਾ ਕਤਲ ਦਾ ਕੇਸ ਹੈ, ਕਤਲ ਦਾ ਕੇਸ ਹੈ, ਬਲਾਤਕਾਰ ਦਾ ਕੇਸ ਹੈ, ਬਾਕੀ ਕਿਹੜਾ ਰਹਿ ਗਿਆ? ਸਾਰੇ ਕੇਸ ਨੇ। ਉਹ ਕਹਿੰਦਾ ਮੇਰੀ ਸਰਕਾਰ ਬਣ ਲੈਣ ਦਿਓ, ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ, ਜੇ ਉਦੋਂ ਇਸ ਕਰਕੇ ਕਹਿੰਦਾ ਸੀ ਕਿਉਂਕਿ ਉਦੋਂ ਬਹੁਤੀ ਆਸ ਨਹੀਂ ਸੀ ਜੀ, ਜੇ ਬਣ ਗਿਆ 1 ਸਾਲ ਦੇ ਅੰਦਰ ਅੰਦਰ ਵਿਸ਼ੇਸ਼ ਅਦਾਲਤਾਂ ਬਣਾ ਕੇ ਇਹਨਾਂ ਸਾਰਿਆਂ ਦੇ ਕੇਸਾਂ ਦਾ ਨਿਪਟਾਰਾ ਕਰੂੰਗਾ, ਜਿਹੜੇ ਦੋਸ਼ੀ ਹੋਏ ਸਾਬਤ ਹੋ ਗਏ ਉਹ ਜੇਲ੍ਹ 'ਚ ਜਾਣਗੇ, ਜਿਹੜੇ ਦੋਸ਼ੀ ਨਹੀਂ ਉੱਦਾਂ ਹੀ ਕੇਸਾਂ 'ਚ ਫਸੇ ਆ ਉਹਨਾਂ ਨੂੰ ਕਲੀਨ ਚਿੱਟ ਦਵਾ ਦਿਆਂਗੇ ਜੀ। ਹੁਣ ਤਾਂ 4.5 ਸਾਲ ਹੋ ਗਏ, ਅਜੇ ਤੱਕ ਉਹ ਕੇਸ ਕਿਸੇ ਪਾਸੇ ਲਾਉਣੇ ਤਾਂ ਇੱਕ ਪਾਸੇ ਰਹੇ, ਅਦਾਲਤਾਂ ਨਹੀਂ ਬਣੀਆਂ ਜੀ। ਪਿੱਛੇ ਜੇ ਕਿਸੇ ਨੇ ਜਾ ਕੇ ਸੁਪਰੀਮ ਕੋਰਟ 'ਚ ਕੇਸ ਕਰਤਾ, ਸੁਪਰੀਮ ਕੋਰਟ 'ਚ ਰੌਲਾ ਪਿਆ, ਫਿਰ ਇਹਨਾਂ ਨੇ ਆਖਿਆ ਜੀ ਹੁਣ ਅਸੀਂ ਅਦਾਲਤਾਂ ਬਣਾਵਾਂਗੇ। ਮੈਨੂੰ ਅਜੇ ਵੀ ਇਹ ਨਹੀਂ ਪਤਾ ਕਿ ਅਦਾਲਤਾਂ ਇਸ ਕਰਕੇ ਬਣਾਵਾਂਗੇ ਕਿ ਇਹਨਾਂ ਕੇਸਾਂ ਦਾ ਨਿਪਟਾਰਾ ਕਰਨਾ, ਜਾਂ ਇਸ ਕਰਕੇ ਬਣਾਵਾਂਗੇ ਕਿ ਅਗਲੀ ਚੋਣ ਦੇ ਵਿੱਚ ਕਹਿ ਸਕੀਏ ਅਸੀਂ ਅਦਾਲਤਾਂ ਬਣਾਈਆਂ ਜੀ। ਇਹ ਵੀ ਹੋ ਸਕਦਾ ਕਿ ਕਹਿਣ ਦੀ ਖਾਤਰ ਹੀ ਅਦਾਲਤਾਂ ਬਣਾਈਆਂ ਜਾ ਰਹੀਆਂ ਹੁਣ। ਬਿਲਕੁਲ ਸਹੀ। ਅਜੇ ਤੱਕ ਜਿਹੜੀ ਰਿਪੋਰਟ ਆ ਉਹ ਭਾਰਤ ਦੇ 28-30 ਰਾਜਾਂ ਦੇ ਵਿੱਚੋਂ ਜਿਨ੍ਹਾਂ 'ਚ ਇਹੋ ਜਿਹੇ ਕੇਸ ਹੈ, ਸਾਰਿਆਂ ਰਾਜਾਂ 'ਚ ਕੇਸ ਨਹੀਂ, ਉਹਨਾਂ ਦੇ ਵਿੱਚੋਂ 11 ਰਾਜਾਂ 'ਚ ਅਜੇ ਤੱਕ ਇਹ ਅਦਾਲਤਾਂ ਬਣੀਆਂ ਵਿਸ਼ੇਸ਼ ਅਦਾਲਤਾਂ ਜੀ। ਉਹਨਾਂ 11 'ਚੋਂ 8 ਰਾਜ ਉਹ ਆ ਜਿੱਥੇ BJP ਦੀ ਕਮਾਂਡ ਨਹੀਂ ਗਈ। ਪੱਛਮੀ ਬੰਗਾਲ 'ਚ ਸਰਕਾਰ ਬਣ ਗਈ ਆ, ਅਦਾਲਤ ਬਣ ਗਈ ਹੈ ਵਿਸ਼ੇਸ਼ ਅਦਾਲਤ ਜੀ, ਉੱਥੇ BJP ਦਾ ਕੀ ਰੋਲ ਆ? ਉੱਥੇ ਮਮਤਾ ਬੈਨਰਜੀ ਨੇ ਬਣਾਈ। ਉੜੀਸਾ 'ਚ ਬਣ ਗਈ ਹੈ, BJP ਦਾ ਕੀ ਰੋਲ ਆ? ਉੱਥੇ ਨਵੀਨ ਪਟਨਾਇਕ ਆ ਉੱਥੇ ਜੀ। ਆਂਧਰਾ ਪ੍ਰਦੇਸ਼ 'ਚ ਬਣ ਗਈ ਆ, ਉੱਥੇ ਤਾਂ BJP ਵਾਲੇ ਜਦੋਂ ਬਾਹਰ ਨਿਕਲ ਗਏ ਆ ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਕੱਲੀ ਰਹਿ ਗਈ ਉਦੋਂ ਬਣਾਈ ਆ। ਤੇਲੰਗਾਨਾ 'ਚ ਬਣੀ ਆ, ਅਤੇ ਚੰਦਰਸ਼ੇਖਰ ਰਾਓ ਦੀ ਤੇਲੰਗਾਨਾ ਰਾਸ਼ਟਰੀ ਸੰਮਤੀ ਨੇ ਬਣਾਈ, ਇਹਨਾਂ ਦਾ ਕੀ ਰੋਲ ਹੈ? DMK ਅੰਨਾ DMK ਵਾਲਿਆਂ ਨੇ ਤਾਮਿਲਨਾਡੂ 'ਚ ਬਣਾਤੀ ਹੈ ਜੀ, ਪਾਂਡੀਚੇਰੀ 'ਚ ਬਣੀ ਆ, 8 ਰਾਜ ਤਾਂ ਉਹ ਨੇ ਜੀ। ਇੱਕ ਰਾਜ ਉਹ ਹੈ ਜਿਹਦੇ ਵਿੱਚ BJP ਸ਼ਾਮਿਲ ਹੈ, ਉਹ ਬਿਹਾਰ ਹੈ, ਅਤੇ ਉੱਥੇ ਇਸ ਕਰਕੇ ਖਾਸ ਤੌਰ 'ਤੇ ਬਣਾਈ ਗਈ ਹੈ ਤਾਂ ਕਿ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਘੇਰਾ ਪਾਇਆ ਜਾ ਸਕੇ ਜੀ। ਸਿਰਫ 2 ਰਾਜ ਹੈ ਜਿੱਥੇ BJP ਦੀਆਂ ਸਰਕਾਰਾਂ, ਇੱਕ ਮਹਾਰਾਸ਼ਟਰ ਅਤੇ ਇੱਕ ਮੱਧ ਪ੍ਰਦੇਸ਼ ਜੀ। ਉੜੀਸਾ 'ਚ ਕਿਉਂ ਨਹੀਂ ਬਣਾਈ? BJP ਦੇ ਕਈ MPs ਦੇ ਉੱਤੇ, ਕਈ MLAs ਦੇ ਉੱਤੇ ਕੇਸ ਬਣੇ ਪਏ ਨੇ, ਉੱਥੇ ਕਿਉਂ ਨਹੀਂ ਬਣੇ?
ਸਭ ਤੋਂ ਵੱਡੀ ਗੱਲ ਤੇ 100 ਗੱਲਾਂ ਦੀ ਗੱਲ ਗੁਜਰਾਤ 'ਚ ਅਜੇ ਤੱਕ ਨਹੀਂ ਬਣੀ ਜੀ। ਕਿ ਗੁਜਰਾਤ ਦੇ ਵਿੱਚ ਪਹਿਲਾਂ ਇਹ ਸੋਚ ਲਿਆ ਕਿ ਉੱਥੇ ਸਭ ਸਾਫ਼ ਸੁਥਰੇ ਨੇ। ਮੁਆਫ਼ ਕਰਨਾ ਇਹਨਾਂ 70 ਸਾਲਾਂ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਜਿਹੜੇ 71 ਸਾਲ ਨੇ, ਸਿਰਫ ਇੱਕ ਪਾਰਲੀਮੈਂਟ ਮੈਂਬਰ, ਓਨਲੀ ਵਨ ਜੀ, ਪਾਰਲੀਮੈਂਟ 'ਚੋਂ ਇਸ ਕਰਕੇ ਡਿਸਮਿਸ ਕੀਤਾ ਗਿਆ ਕਿ ਉਹ ਕਬੂਤਰਬਾਜ਼ੀ ਕਰਦਾ ਫੜਿਆ ਗਿਆ ਸੀ। ਉਹਦਾ ਨਾਂ ਬਾਬੂ ਭਾਈ ਕਟਾਰਾ ਸੀ। ਉਹ ਦਿੱਲੀ ਏਅਰਪੋਰਟ ਦੇ ਉੱਤੇ ਕੈਨੇਡਾ ਵਿੱਚ ਇੱਕ ਬੀਬੀ ਨੂੰ ਲੈ ਕੇ ਚੱਲਿਆ। ਬੀਬੀ ਕਪੂਰਥਲੇ ਦੀ ਸੀ ਅਤੇ ਨਾਲ ਜਿਹੜਾ ਬੱਚਾ ਸੀ ਉਹ ਹੁਸ਼ਿਆਰਪੁਰ ਦਾ ਸੀ ਜੀ। ਉਹ ਬੀਬੀ ਅਤੇ ਬੱਚਾ ਪੰਜਾਬੀ ਬੋਲਦੇ ਅਤੇ ਬਾਬੂ ਭਾਈ ਕਟਾਰਾ ਆਪਣੀ ਗੁਜਰਾਤੀ ਬੋਲਦਾ ਸੀ। ਉੱਥੇ ਫੜਿਆ ਗਿਆ, ਪਤਾ ਲੱਗਾ ਕਿ ਪੈਸੇ ਲੈ ਕੇ ਪਹੁੰਚਾਉਣ ਚੱਲਿਆ। ਉਹ ਬੀਜੇਪੀ ਦਾ ਸੀ ਅਤੇ ਗੁਜਰਾਤੀ ਸੀ। ਗੁਜਰਾਤ ਦੇ ਵਿੱਚ ਕਿੰਨੇ ਹੋਰ ਨੇ, ਉੱਥੇ ਕੇਸ ਅਦਾਲਤ ਕਿਉਂ ਨਹੀਂ ਬਣੀ ਜੀ? ਜੇ ਬਣਨੀ ਹੋਵੇ ਤਾਂ ਚੈਰਿਟੀ ਬਿਗਨ ਸੈਟ ਹੋਮ, ਜਿਹੜਾ ਨੇਕੀ ਦਾ ਕੰਮ ਹੈ, ਭਲਾਈ ਦਾ ਕੰਮ, ਉੱਥੇ ਘਰੋਂ ਸ਼ੁਰੂ ਕਰੀਦਾ। ਮੋਦੀ ਸਾਹਿਬ ਆਪਣੇ ਘਰੋਂ ਕਰਨ, ਫਿਰ ਪਤਾ ਲੱਗੂਗਾ। ਸੋ ਸਾਰੇ ਪਾਸੇ ਸਕੀਮਾਂ ਹੀ ਨੇ, ਪਰ ਸਾਹਿਬ ਤੁਸੀਂ ਸਮਾਂ ਕੱਢਿਆ ਅਤੇ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਦਿਓ ਗੁਰਪ੍ਰੀਤ ਸੰਧਾਵਾਲੀ ਨੂੰ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ 9 ਅਗਸਤ ਥਰਸਡੇ ਤੋਂ ਆਨਵਰਡਸ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ, ਦੱਸਣਗੇ ਸਵਰਨ ਟੈਣਾ ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।